ਹੱਥਾਂ ਲੱਗੂ ਸ਼ੀਰੇ ਪੁਆਇੰਟ ਦੇ ਬਰਾਬਰ 20 ਪੁਆਇੰਟ ਮੇਰੇ ਕੋਲ ਆ ਗਿਆ ਤੇ ਇੱਧਰ ਜੋਨੀ ਜੈਟ ਕੁੜੀ ਦੀ ਕਬੱਡੀ ਪੈ ਗਈ ਆ ਗੋਰਾ ਚਿੱਟਾ ਰੰਗ ਐਨ ਪਤਾ ਲੱਗਦਾ ਯੂਐਸਏ ਤੋਂ ਆਇਆ ਤੇ ਹੁਣ ਮੋਹੇ ਚੋਹਾਂ ਜਾਫੀਆਂ ਦੇ ਨਾਲ ਕਿਹਦੇ ਨਾਲ ਪੰਗਾ ਪੈਂਦਾ ਇੱਕ ਪਾਸੇ ਮੋਸ਼ਨ ਬਾਲਾ ਦੂਸਰੇ ਪਾਸੇ ਵਿਕਾਸ ਗੁੱਜਰ ਮੋਸ਼ਨ ਬਾਲੇ ਦੇ ਨਾਲ ਮੁਕਾਬਲਾ ਤੇ ਕਹਿੰਦਾ ਪਾਸੇ ਹੋਇਆ ਛੀਰਿਆ ਕਬੱਡੀ ਪਾਈ ਦੇ ਉਧਰਲੇ ਪਾਸੇ ਕਬੱਡੀ ਚੇਸੀ ਪੌਂਚ ਚੋਲਾ ਮੇਰੀ ਵੀਡੀਓ ਕਹਿੰਦੇ ਰਤਨ ਵੱਲੋਂ ਪਾਲੇ ਨੂੰ ਦਿੱਤੇ ਗਏ ਆ ਤੇ ਜਿੰਨੇ ਜੱਫੇ ਪਾਲਾ ਲਾਊਗਾ ਬਲਕਾਰ ਵੱਲੋਂ 20 ਪੌਂਡ ਗ੍ਰੇਵਯੰਟ ਵਾਲੇ ਵੱਲੋਂ ਤੇ 20 ਪੌਂਡ ਪੰਮੇ ਬਾਂਡਰ ਵੱਲੋਂ ਪਾਲੇ ਨੂੰ ਦਿੱਤੇ ਜਾਣੇ ਆ ਮਿੱਠਿਆ ਪੰਮੇ ਵੱਲੋਂ ਬਲਕਾਰ ਵੱਲੋਂ ਜਸਕਾਰ ਜੌਲ ਵੱਲੋਂ ਤੇ ਕੇਸ ਕੰਗ ਵੱਲੋਂ ਪੌਂਡ ਜਲਾਲਪੁਰ ਦੇ ਪਾਲੇ ਦੇ ਹਰ ਜੱਫੇ ਉੱਪਰ ਮੇਰੀ ਵੀਡੀਓ ਮਾਰ ਹੋਊਗਾ ਨਾਲ ਮੇਰਾ ਵੀ ਕੰਮ ਔਜਲਾ ਦੇ ਪੰਮੀ ਰੰਧਾਵੇ ਹੋਣਾ ਵੱਲੋਂ ਪ੍ਰਤਾਪ ਹੋਣਾ ਵੱਲੋਂ 20 ਪੌਂਡ ਜਲਾਲਪੁਰ ਦੇ ਜੱਫੇ ਪਾਲੇ ਵਾਸਤੇ ਮਾਨ ਸਨਮਾਨ ਹੋਵੇਗਾ ਚੱਲੋ ਗਗਨ ਪਾਸ ਹੈ ਕਬੱਡੀ ਗਗਨ ਦੀ ਕਬੱਡੀ ਉਧਰ ਚੱਲੇ ਦਾ ਪੂਰਾ ਜ਼ੋਰ ਲੱਗਿਆ ਪਿਆ ਉਧਰ ਕੁਲਵਿੰਦਰ ਸਹੋਤਾ ਤੇ ਨਾਲ ਪਾਲਾ ਬੜੇ ਪਿੰਡੀਆਂ ਚੱਲੇ ਸਕਦੀ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਨਾਲ ਉਧਰ ਜਸਵਾਨ ਸਿੰਘ ਦੀ ਟੀਮਾਂ ਤੇ ਕਬੱਡੀ ਪੈ ਗਈ ਗਗਨ ਦੀ ਦੂਸਰੇ ਪਾਸੇ ਮੋਸ਼ਨ ਬਾਲਾ ਬਕਰਾਸ ਗੁੱਜਰ ਮੋਸ਼ਨ ਬਾਲੇ ਦੇ ਨਾਲ ਮੁਕਾਬਲਾ ਹੋ ਗਿਆ ਆਹ ਵੇਖ ਲਓ ਸਿੰਘ ਸਰਦਾਰ ਆਹ ਉਹਦਾ ਪੋਲੇ ਪੋਲੇ ਪੱਬ ਢਾਡਾ ਆਹ ਪਹੁੰਚਿਆ ਜੈਲੇ ਦੇ ਕੋਲ ਕੰਮੇ ਸੁੱਖ ਫੁਲੇ ਦੇ ਕੋਲ ਬਹੁਤ ਸੁੱਖ ਹੋਇਆ ਉੱਧਰ ਸਾਡੇ ਪ੍ਰਤਾਪ ਹੋਣੀ ਸਾਰੇ ਜਿਹੜੀ ਢਾਣੀ ਆ ਜਸਕਾਨ ਹੋਣੀ ਸਾਰੇ ਪਹੁੰਚੋ ਆ ਧੰਨਵਾਦ ਆ ਪ੍ਰਤਾਪ ਸਾਡੇ ਵੀਰਾਂ ਦਾ ਬੁਲਟ ਹੋਣੀ ਪੰਮਾ ਕੰਮਾ ਸਾਰੇ ਜਿੰਨੇ ਮੇਰੇ ਵੀਰ ਆ ਤੇ ਇੱਧਰ ਪੰਮੀ ਰੰਧਾਵਾ ਜਿਹੜਾ ਪ੍ਰਧਾਨ ਸਾਊਥ ਹਾਲ ਕਬੱਡੀ ਕਲੱਬ ਦਾ ਉਹ ਵੀ ਐਨ ਪੂਰਾ ਖੁਸ਼ ਆ ਤੇ ਹੁਣ ਪਤਾ ਲੱਗਣਾ ਬਈ ਪੁਆਇੰਟ ਇਹ ਜਿਹੜਾ ਮਨਜੋਰ ਦੇ ਹੱਕ ਦੇ ਵਿੱਚ ਬੈਠਿਆ ਲਓ ਜੀ ਗੁਰਲਾਲ ਕਹਿੰਦੇ ਕਨੌਰ ਦੀ ਕਬੱਡੀ ਪੈਣ ਲੱਗੀ ਮੇਰੇ ਪੰਜਾਬੀ ਵੀਰ ਨੂੰ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਸੁਰਿੰਦਰ ਮਾਲਕ ਨੇ ਟੀਮ ਚੈਰ ਕੀਤੀ ਹੈ ਨਾਲ ਸਪੋਰਟ ਹੈ ਕਹਿੰਦੇ ਪੂਰੀ ਸਾਡੇ ਵੀ ਕੰਮੇ ਹੋਣਾ ਦੀ ਪੰਮੇ ਹੋਣਾ ਦੀ ਨਾਲ ਕਹਿੰਦੇ ਬੁਲਟ ਹੋਣਾ ਦੀ ਪ੍ਰਤਾਪ ਹੋਣ ਜਿਸ ਕਾਰਨ ਜੌਹਰ ਹੋਣਾ ਦੀ ਪੰਮੀ ਰੰਧਾਵੇ ਹੋਣਾ ਦੀ ਤੇ ਦੂਜੇ ਪਾਸੇ ਟੀਮ ਹੈ ਸਨੋਹ ਦੀ ਕੁਲੰਤ ਚੱਖਾ ਪ੍ਰਧਾਨ ਗੋਲਡ ਸੰਧੂ ਹੋਣੀ ਸ਼ੀਰੇ ਹੋਣੀ ਰਖੜਾ ਸਾਹਿਬ ਨਾਲ ਸਾਡੇ ਵੀ ਮੇਰੇ ਧਾਰੀਵਾਲ ਸਾਹਿਬ ਤੇ ਨਾਲ ਸਾਡਾ ਵੀ ਸਰਦਾਰੀ ਢਿੱਲੋਂ ਸਾਹਿਬ ਤੇ ਆਪ ਕਹਿੰਦੇ ਦੁਨੀਆਂ ਦਾ ਮਹਾਨ ਲੀਡਰ ਹੈ ਇਹ ਹੈ ਗੁਰਲਾਲ ਘਨੌਰ ਕਹਿੰਦੇ ਵੀ ਦੁਨੀਆਂ ਦੇ ਸਭ ਤੋਂ ਵੱਡੇ ਮਜ਼ਬੂਤ ਪਾਰਟਨਰ ਨੇ ਉਹ ਗੁਰਲਾਲ ਘਨੌਰ ਉੱਧਰ ਥਾਪੀਆਂ ਮਾਰਦਾ ਉਹਦਾ ਉਹ ਜਤਿੰਦਰ ਮਿਲ ਕੇ ਬੜਾ ਵੀ ਐਨ ਪੂਰਾ ਟੇਕ ਬੈਠਾ ਟੇਕ ਕੇ ਮਿਲ ਗਿਆ ਕਿਉਂਕਿ ਇਹ ਵੀ ਖਿਡਾਰੀਆਂ ਨੇ ਇੱਧਰ ਉੱਧਰ ਕਦੇ ਇੱਧਰ ਲੈ ਕੇ ਜਾਣਾ ਕਦੇ ਉੱਧਰ ਤੇ ਉੱਧਰ ਲਾਲਾ ਹੀਠ ਵਾਲਾ ਤੇ ਇੱਧਰ ਚੰਨੇ ਭੇਟਾ ਵਾਲੇ ਦਾ ਚਾਂਦੀ ਦੇ ਨਾਲ ਮੁਕਾਬਲਾ ਤੇ ਇੱਧਰ ਰਾਜੂ ਰਾਜੂ ਕੋਟਲੇ ਭੜੀ ਵਾਲਾ ਇੱਧਰ ਚੰਨਾ ਚਰਨਜੀਤ ਭੇਟਾ ਪਿੰਡ ਜਲੰਧਰ ਜ਼ਿਲ੍ਹਾ ਤੇ ਹੁਣ ਵੇਖਣਾ ਬਈ ਉੱਧਰ ਮਾਲਵੇ ਵਾਲਾ ਧਰ ਮਾਲਵੇ ਦੀ ਧਰਤੀ ਘੁੱਗੂ ਕਿੱਧਰ ਵੱਜਦਾ ਟੈਮ ਕਿਹੜਾ ਕਹਿੰਦੇ ਜੀ ਮਹਾਨ ਕਬੱਡੀ ਦਾ ਜੱਫਾ ਲੱਗਾ ਮੇਰੀ ਵੀਡੀਓ ਸਾਫ ਦੱਸ ਰਿਹਾ ਦੋਸਤੋ ਦੱਸੋ ਕਮੈਂਟ ਕਰਕੇ ਮਾੜਾ ਹੱਲੇ ਤਾਂ ਸ਼ੇਰ ਹੈ ਵਿੱਚ ਮੈਦਾਨ ਦੇ ਸ਼ੇਰ ਕਰਦੇ ਮੇਰੇ ਵੀ ਹੋ ਸਕਦਾ ਹੱਲੇ ਤਾਂ ਪਲੇਅਰ ਹੈ ਵਿੱਚ ਮੈਦਾਨ ਦੇ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਕੁਲਵੰਤ ਚੱਠਾ ਭਰਾਵਾਂ ਵੱਲੋਂ ਤੇ ਇੰਦਰਜੀਤ ਢਿੱਲੋਂ ਵੱਲੋਂ 50 ਪੌਂਡ ਜਿਹੜਾ ਵੀ ਸਰੋਹ ਦੇ ਸਾਊਥ ਹਾਂਸਲ ਵਾਲਾ ਜਾਫੀ ਜੱਫਲ 50 ਪੌਂਡ ਕੁਲਵੰਤ ਚੱਠਾ ਕਿਉਂਕਿ ਸਰੋਹ ਕਬੱਡੀ ਕਲੱਬ ਦਾ ਪ੍ਰਧਾਨਗੀ ਇਹਨੇ ਸੰਭਾਲੀ ਆ ਕਮਾਨ ਸੰਭਾਲੀ ਆ ਕੁਲਵੰਤ ਸਿਆ ਤੇ ਆ ਜਾਂਦਾ ਪੱਠਿਆ ਇਹ ਜੋਨੀ ਜੈਸਪੁਰੀਆ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਓਪਨ ਏਰੀਆ ਉੱਥੋਂ ਲੈ ਕੇ ਪਿੰਡ ਤੇ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਜਾ ਬਸਿਆ ਗੋਰੀਆਂ ਮੇਮਾਂ ਦੇ ਵਿੱਚ ਤੇ ਅੱਜ ਫਲੈਟ ਫੜੀ ਤੇ ਕਬੱਡੀ ਇੰਗਲੈਂਡ ਦੀ ਅੱਜ ਕਬੱਡੀ ਹੈ ਇੰਗਲੈਂਡ ਦੀ ਇੱਧਰ ਕਹਿੰਦੇ ਮਿੰਨੀ ਖੇਡੂ ਦਾ ਮਾਣ ਮਿਲਿਆ ਮੇਰੇ ਵੀ ਕਹਿੰਦੇ ਵੀ ਕੰਮੇ ਔਜਲੇ ਨੂੰ ਜਿਵੇਂ ਕਬੱਡੀ ਖੇਡੀ ਜਿਹਨੂੰ ਖਿਲਾਉਂਦਾ ਹੈ ਇੱਕ ਇੱਕ ਨੰਬਰ ਉੱਪਰ ਪਹਿਲਾਂ ਵੀ ਗੱਲ ਕੀਤੀ ਬਹਿਸ ਹੋਵੇਗੀ ਇੱਕ ਇੱਕ ਨੰਬਰ ਉੱਪਰ ਤਾੜੀਆਂ ਮੇਰੇ ਪੰਜਾਬੀ ਵੀਰ ਵਜਣ ਲੱਗੀਆਂ ਇੱਕ ਇੱਕ ਨੰਬਰ ਦੇ ਉੱਪਰ ਜਿਹੜੀ ਕਿ ਉਹ ਲੋਕਾਂ ਦਾ ਜ਼ੋਰ ਲੱਗੇਗਾ ਕਿਉਂਕਿ ਫਾਈਨਲ ਮੈਚ ਹੈ ਫਾਈਨਲ ਮੈਚ ਹੈ ਤੇ ਲਓ ਚਿਸ਼ਤੀ ਹਾਂਦਿਆਂ ਦੇ ਵਿਚਕਾਰ ਬਿਲਕੁਲ ਤਿਆਰ ਹੈ ਕਬੱਡੀ ਪਾਉਣ ਵਾਸਤੇ ਉਧਰ ਸਾਡੇ ਵੀਰ ਮਿਲਾ ਬੋਪਾਰ ਨਾਲ ਸਾਡੇ ਹਰਵੰਤ ਮੱਲੀ ਹੋਣੀ ਹਰਜੀਤ ਰੂਪਰ ਹੋਣੀ ਜੀਤੇ ਵਿਰਕ ਹੋਣੀ ਔਰ ਸਾਡੇ ਸਾਰੇ ਹੀ ਹੰਸਲੋ ਟੀਮ ਦੇ ਜਿਹੜੇ ਪ੍ਰਮੋਟਰ ਨੇ ਉਹਨਾਂ ਦੀ ਪੂਰੀ ਸਪੋਰਟ ਹੈ ਸਲੋਹ ਦੀ ਪੂਰੀ ਟੀਮ ਨੂੰ ਔਰ ਚਿਸ਼ਤੀ ਨੇ ਤਿਆਰੀ ਕੀਤੀ ਹੈ ਔਰ ਨਿਸ਼ਾਨਾ ਤਿਆਰ ਕੀਤਾ ਹੈ ਕਿ ਜਿੱਥੇ ਅੱਧਾ ਅੱਧਾ ਡੋਲੇ ਨਾ ਫੂਕਾਂ ਨਾਲ ਗੰਢਾ ਖੋਲੇ ਨਾ ਮਿੱਠਾ
ਬਾਕੇ ਸੰਧੂ ਵੱਲੋਂ 20 ਪੁਆਇੰਟ ਦੇ 100 ਦੇ ਫਾਲੋ ਇੱਥੇ ਚੈਸਟੀ ਇੱਥੇ ਪਾਲਾ ਜਲਾਲ ਪੁਰੀਆ ਨੰਬਰ ਕਾਫੀ ਦਾ ਮੈਂ ਜਿਹੜੇ ਜਿਹੜੇ ਜਲਾਲਪੁਰ ਦੇ ਪਾਲੇ ਨੂੰ ਪਿਆਰ ਕਰਦਾ ਸੱਚ ਖੁੱਲ ਕੇ ਮਾਰਦਾ ਮੇਰੇ ਵੀਰੋ ਇਹ ਹੈ ਜਲਾਲਪੁਰ ਦਾ ਪਾਲਾ ਕਰ ਮਾਵਾਂ ਪੁੱਤ ਨਹੀਂ ਜਾਂਦੀਆਂ ਜਲਾਲਪੁਰ ਦੇ ਪਾਲੇ ਵਰਗੀਆਂ 50 ਮੋਟਰਸਾਈਕਲ 2 ਟਰੈਕਟਰ ਤੇ 3 ਗੱਡੀਆਂ ਜੇਤੂ ਹੈ ਜਲਾਲਪੁਰ ਦਾ ਪਾਲਾ ਸਰਸੋਂ ਸਿੰਘ ਨੂੰ ਮਾਣ ਹੈ ਆਪਣੇ ਪੁੱਤਰ ਦੇ ਜਲਾਲਪੁਰ ਦਾ ਪਾਲਾ ਰੁਸਤਮ ਜਾਪੀ ਹੈ ਮੇਰੇ ਵੀਰੋ ਫਾਈਨਲ ਮੈਚ ਤੇ ਅਗਲੀ ਕਬੱਡੀ ਵੇਖਾਂਗੇ ਕਿਹਦੇ ਹਿੱਸੇ ਵਿੱਚ ਆਵੇਗੀ ਗੱਲ ਕਰਨਗੇ ਪਿੰਡਾਂ ਬਠਿੰਡਾ ਜੀ ਚੱਲ ਗਗਨ ਸ਼ੇਰਾ ਪਾ ਕਬੱਡੀ ਗਗਨ ਫਰੋਜ ਪੁੜੀਆ ਜੋਗੇ ਵਾਦੀ ਧਰਤੀ ਆ ਪੋਲੇ ਪੋਲੇ ਪਾਪ ਧਰਦਾ ਸਿੰਘ ਸਰਦਾਰ ਜਾ ਪਹੁੰਚਾ ਇੱਕ ਕੰਨੀ ਉਧਰ ਅਮਨ ਉੱਪਰ ਦੇ ਨਾਲ ਮੁਕਾਬਲਾ ਹੋਇਆ ਸਿਪਰ ਪੁਆਇੰਟ ਇਸ ਗਗਨ ਜੋਗੇ ਵਾਲੀ ਦੇ ਹੱਕ ਦੇ ਵਿੱਚ ਗਿਆ ਤੇ ਉਹਦਾ ਪੁਆਇੰਟ ਗਗਨ ਦੂਸਰੇ ਪਾਸੇ ਸਿੰਘ ਸਰਦਾਰ ਮਨਜੋਤ ਵੀ ਕਬੱਡੀ ਭਾਈ ਮਾਛੀ ਵਾਲੇ ਦੀ ਧਰਤੀ ਆ ਹੁਣ ਵੇਖਣਾ ਮਾਲਵੇ ਨੂੰ ਬਲੌਂਗ ਕਰਦਾ ਦੂਸਰੇ ਪਾਸੇ ਜਲਾਲਪੁਰੀਆ ਜੱਟ ਖੜਾ ਤੇ ਨਾਲ ਰੋੜਕੀ ਵਾਲਾ ਸੋਹਣ ਗੋਗੋ ਰੋੜਕੀ ਵਾਲਾ ਕਰਮੀ ਬਲਵਾਲ ਵਾਲਾ ਹੁਣ ਵੇਖਣਾ ਉੱਧਰ ਯੂਕੇ ਆ ਯੂਕੇ ਵੀਰ ਤੇ ਕੀ ਗੱਲ ਕਿੱਧਰ ਜਾਂਦੀ ਆ ਹੁਣ ਪਤਾ ਲੱਗਿਆ ਮਨਜੋਤ ਮਾਛੀ ਵਾਲੇ ਵਾਲਾ ਦੇਖੋ ਉੱਧਰ ਉਹ ਵੇਖਣਾ ਸੋਹਣ ਰੋੜਕੀ ਵਾਲਾ ਉਹ ਤੇਰੀ ਉਹ ਸੋਹਣ ਮਨਜੋਤ ਮਾਛੀ ਵਾਲੇ ਹੱਥ ਨੇ ਫੈਸਲਾ ਬਹੁਤ ਹੀ ਤਕੜਾ ਪੁਆਇੰਟ ਮਨਜੋਤ ਸਿੰਘ ਸਰਦਾਰ ਗੁਰਲਾਲ ਦੀ ਕਬੱਡੀ ਪੈਣ ਲੱਗੀ ਮੇਰੇ ਵੀਰੋ ਗੁਰਲਾਲ ਘਨੌਰ ਦੀ ਕਬੱਡੀ ਪੈਣ ਲੱਗੀ ਮੇਰੇ ਪੰਜਾਬੀ ਵੀਰੋ ਉਧਰ ਮੌਸਮ ਵਾਲਾ ਤਿਆਰ ਹੈ ਮੂਰੇ ਵਾਲ ਦਾ ਪੰਡਾ ਤਿਆਰ ਹੈ ਵਿਕਾਸ ਗੁਜਰ ਤਿਆਰ ਹੈ ਲਵਲੀ ਚਾਰੇ ਜਾਂ ਫਿਰ ਚਾਰ ਨੇ ਮੇਰੇ ਵੀਰੋ ਸੈਂਕੜ ਦੀ ਕਬੱਡੀ ਉਧਰ ਲੈਣ ਚੁੱਕੇ ਸਾਵੀ ਮਿੰਟ ਵਿੱਚ ਤਿਆਰ ਹੈ ਮੇਰਾ ਵੀਰੇ ਕੋਗੀ ਪੰਡਾਲ ਹੋਣੇ ਸੁੰਦਰ ਕੰਡੇ ਹੋਣੇ ਹਰਮਨ ਮਲਿਕ ਹੋਣੇ ਲਓ ਆਹ ਨੰਬਰ ਦੇ ਉੱਪਰ ਫਿਰ ਜਿਹੜੀ ਗੱਲ ਹੈ ਪੈਣ ਲੱਗੀ ਆ ਜੇ ਪਾਲਾ ਜੱਫੇ ਲਾਉਂਦਾ ਪੰਨੇ ਮੈਡਮ ਵੱਲੋਂ 20 ਪੁਆਇੰਟ ਦਿੱਤੇ ਜਾਏ ਆ ਉਧਰ ਸੋਹਣ ਇੱਧਰ ਗੋਗੋ ਉਧਰ ਬਲਕਾਰ ਵੱਲੋਂ ਜਿਹੜਾ ਜੇ ਪਾਲਾ ਜੱਫਾ ਲਾਓ ਤੇ 20 ਪੁਆਇੰਟ ਬਲਕਾਰ ਕਰੇ ਵੀ ਅੰਦਰ ਵੱਲੋਂ ਜਾਗ ਗਿਆ ਕਿੱਟਾ ਇੰਦਰਜੀਤ ਢਿੱਲੋਂ ਉਹਨਾਂ ਵੱਲੋਂ ਜੇ ਸਲੋ ਪਲੱਸ ਹਰ ਸਲੋ ਦੀ ਟੀਮ ਜੱਫਾ ਲਾਵੇ ਤੇ ਹਰ ਜੱਫੇ ਉੱਪਰ ਕਲਾਂ ਚੱਠਾ ਪ੍ਰਧਾਨ ਸਲੋਕ ਲਾਵੇ ਤੇ ਇੰਦਰਜੀਤ ਢਿੱਲੋਂ ਉਹਨਾਂ ਵੱਲੋਂ 50 ਪਾਉਂਡ ਹੋਣਗੇ ਮੇਰੇ ਪੰਜਾਬੀ ਵੀਰੋ ਕਬੱਡੀ ਪੈ ਚੱਲੀ ਹੈ ਮੈਦਾਨ ਦੇ ਵਿੱਚ ਸੂਰਜ ਆਪਣੀ ਗਹਿਰਾਈ ਵੱਲ ਜਾਂਦਾ ਹੋਇਆ ਇੱਧਰ ਟੀਮਾਂ ਭਾਰੀਆਂ ਨੇ ਫਾਈਨਲ ਮੈਚ ਖੇਡਦੇ ਮੈਦਾਨ ਵਿੱਚ ਮੁੰਡੇ ਭੜਕਦੇ ਹੋਏ ਕਬੱਡੀ ਕਬੱਡੀ ਕਰਦੇ ਹੋਏ 2 ਨੰਬਰ ਤੋਂ ਸਿਆਣੇ ਕਹਿੰਦੇ 2 ਨੰਬਰ ਦਾ ਧੰਦਾ ਮਾੜਾ 2 ਨੰਬਰ ਦਾ ਬੰਦਾ ਮਾੜਾ ਪਰ ਜੱਫਾ 2 ਨੰਬਰ ਤੋਂ ਪੈ ਜਾਵੇ ਤੇ ਫਿਰ ਬੱਲੇ ਬੱਲੇ ਹੁੰਦੀ ਹੈ ਫਿਰ ਬੱਲੇ ਬੱਲੇ ਹੁੰਦੀ ਹੈ 70 ਪੌਂਡ ਦੇ ਸੋਹਣ ਜੱਫਾ ਲਾਓ ਬਾਕੇ ਸੰਧੂ ਵੱਲੋਂ 70 ਪੌਂਡ ਦਿੱਤੇ ਜਾਣੇ ਆ ਫਿਰ ਸੋਹਣ ਦਾਮਾ ਠੱਡਾ ਤੇ ਮਿੱਠਾ 85 ਸਮਾਂ ਲੱਗ ਰਿਹਾ ਉਧਰ ਜਲਾਲਪੁਰੀਆ ਜੱਟ ਖੜਾ ਕਰਮੀ ਬਲਵਾਲ ਵਾਲਾ ਖੜਾ ਢੂਡੇ ਨੇ ਪੈਂਡਿਆ ਤੇ ਚੈਸਟ ਵੀ ਕਬੱਡੀ ਆ ਹੁਣ ਉਹਦੇ ਪਾਲਾ ਜਲਾਲਪੁਰੀਆ ਹੋ ਗਿਆ ਇੱਕ ਪਾਸੇ ਚੈਸੀ ਦੂਸਰੇ ਪਾਸੇ ਜਲਾਲਪੁਰੀਆ ਪਾਲਾ ਪਰ ਆ ਜਾਂਦਾ ਭੱਜਿਆ ਚੈਸੀ ਪੁਆਇੰਟ ਜਿਹੜਾ ਚੈਸਟ ਨੂੰ ਹੱਥ ਲੱਗ ਗਿਆ ਬਹੁਤ ਹੀ ਵਧੀਆ ਕਪਤਾਨੀ ਵੀ ਕੀਤੀ ਪਾਕਿਸਤਾਨ ਦੀ ਟੀਮ ਦੀ ਤੇ ਉਧਰ ਅੱਜ ਇੱਧਰ ਗੋਗਨ ਦੀ ਕਬੱਡੀ ਪੈਣ ਲੱਗੀ ਜੋਗੇਵਾਲ ਦੀ ਕਬੱਡੀ ਗਗਨ ਜੋਗੇਵਾਲੇ ਫਿਰੋਜ਼ਪੁਰੀਆ ਦੀ ਬੈਠਿਆ ਕਬੱਡੀ ਗਗਨ ਜੋਗੇਵਾਲੀ ਆ ਜਿਹੜਾ ਕਹਿੰਦੇ ਪਿਛਲੇ ਸਾਲ ਦਸੰਬਰ ਦੇ ਵਿੱਚ ਵਿਆਹ ਹੋਇਆ ਵਿਆਹ ਦੇ ਬੰਧਨ ਵੱਧ ਗਿਆ ਬੜਾ ਸਾਊ ਖਿਡਾਰੀ ਗਿਆ ਬੜਾ ਨਿੱਘਾ ਰੇਡਰ ਜੋਗੇਵਾਲ ਗਗਨ ਕਬੱਡੀ ਪਾ ਰਿਹਾ ਮੇਰੇ ਵੀਰੋ ਜੱਫਾ ਲੱਗੇ ਤੇ 50 ਪਾਉਂਡ ਕਰਨ ਚੱਪੇ ਪ੍ਰਧਾਨ ਵੱਲੋਂ ਤੇ ਇੰਦਰਜੀਤ ਢਿੱਲੋਂ ਸਾਂਝੇ ਤੌਰ ਤੇ 50 ਪਾਉਂਡ ਚੱਪੇ ਉੱਪਰ ਮਾਨ ਸਮਾਨ ਹੋ ਗਏ ਲਓ ਗਗਨ ਜੋਗੇਵਾਲ ਦੀ ਕਬੱਡੀ ਮੇਰੇ ਵੀਰੋ ਪੈਣ ਜਾ ਰਹੀ ਹੈ ਸਮਾਂ ਮਤਿਨ ਹੁੰਦਾ ਹੋਇਆ ਲਵਲੀ ਸਹੇੜੀ ਕੋਲ ਟਾਈ ਕਰਦਾ ਹੋਇਆ ਪਰ ਨੰਬਰ ਗਗਨ ਜੋਗੇਵਾਲ ਦਾ ਨਕ ਕੌਣ ਕੰਮਾ ਔਜਲਾ ਮਿੰਨੀ ਖਿੱਡੂ ਮੇਰਾ ਵੀਰ ਉਹਦੇ ਵੱਲੋਂ ਗਗਨ ਜੋਗੇਵਾਲ ਦਾ 10 ਕੌਣ ਕੰਮੇ ਵੱਲੋਂ ਗੁਰਲਾਲੀ ਤੇ 10 ਕੌਣ ਕੰਮੇ ਔਜਲੇ ਵੱਲੋਂ ਚੋਨੀ ਵਾਸੀ ਮਾਨ ਇੱਧਰ ਪੰਮੇ ਬੈਂਡਰ ਵੱਲੋਂ ਉੱਧਰ ਪੰਮੀ ਰੰਧਾਵਾ 20 ਪੌਂਡ ਪੰਮੇ ਬੈਂਡਰ ਵੱਲੋਂ ਜੇ ਪਾਲਾ ਜੱਫਾ ਲਾਓ 20 ਪੌਂਡ ਪਾ ਲਿਆ 20 ਪੌਂਡ ਪਾ ਲਿਆ 20 ਪੌਂਡ ਪਰ ਉੱਧਰ ਮਨਜੋਤ ਵੀ ਕਰ ਰਹੀ ਪੂਰਾ ਤਕਨੀਕ ਤਜਰਬਾ ਇਹ ਸਿਰੇ ਦਾ ਖਿਡਾਰੀ ਕਹਿੰਦੇ ਹੁੰਦੇ ਆ ਤੇ ਸਿੰਘ ਸਰਦਾਰ ਰਾਜੂ ਤਾਂ ਮਨਜੋਤ ਦੀ ਜੋੜੀ ਸਮਰਾਲੇ ਇੱਧਰ ਇੰਡੀਆ ਦੇ ਵਿੱਚ ਵੀ ਕੱਢਣੀ ਬੜੀ ਤਕੜੀ ਆ
ਦੋਨੋਂ ਜਿਹੜੇ ਸੈਂਕ ਸਰਦਾਰ ਬੜੇ ਮਸ਼ਹੂਰ ਆ ਦੁਨੀਆਂ ਦੇ ਵਿੱਚ ਤੇ ਮਿੱਠਾ ਕਬੱਡੀ ਗੁਰਲਾਲ ਦੀ ਬਣੀ ਕਬੱਡੀ ਗੁਰਲਾਲ ਦੀ ਉਹਦੇ ਨਾਲ ਮੇਰਾ ਵੀ ਰਾਜਾ ਕੰਗ ਸਰਦਾਰ ਲੈਂਬਰ ਸਿੰਘ ਲੱਡਣ ਸਾਹਿਬ ਉਹ ਵੀ ਪਹੁੰਚੇ ਹੋਏ ਧੰਨਵਾਦ ਹੈ ਜੇ ਜੱਫਾ ਲੱਗੇ ਸਰੋਜ ਵੱਲੋਂ ਤੇ 50 ਪਾਉਂਡ ਜੇ ਲੱਗੇ ਈਸ ਵੱਲੋਂ ਤੇ ਮੇਰੇ ਵੀਰ 80 ਪਾਉਂਡ ਹੋਣਗੇ ਇਹ ਲੱਗੇ ਨੇ ਪੈਸੇ ਮੇਰੇ ਵੀਰਾਂ ਵੱਲੋਂ ਇਹ ਲੱਗੇ ਨੇ ਪਾਉਂਡ ਮੇਰੇ ਵੀਰਾਂ ਵੱਲੋਂ ਆਓ ਸਭ ਨੇ ਗੁਰਲਾਲ ਕਨਾਰ ਤੇ ਯਾਰ ਉਹ ਫੜ ਨੇ ਸੌਖੇ ਨੇ ਪੰਜਾਹ ਪਾਉਂਡ ਬਾਂਕੇ ਸੰਧੂ ਵੱਲੋਂ ਜੇ 100 ਜੱਫਾ ਲਾਉਣਾ ਤੇ ਇੱਧਰ ਪੋਗਾ ਪਿਆ ਸੀ ਹੋਰ ਕੀ ਵਾਲੇ ਕੌਣ ਜੱਸੀ ਬਿਰਗੇ ਵੱਲੋਂ ਗੁਰਲਾਲ ਨੂੰ ਬਹੁਤ ਵਧੀਆ ਸਾਡੇ ਜੋਗਾ ਸਿੰਘ ਢੰਡਵਾਲ ਸਾਹਿਬ ਮੇਰੇ ਵੀ ਵੱਡਾ ਮਾਣ ਅਗਲੀ ਕਬੱਡੀ ਕਹਿੰਦੇ ਗਰਾਊਂਡ ਵਿੱਚ ਪੈਣ ਜਾ ਰਹੀ ਹੈ ਦੁਨੀਆਂ ਦਾ ਮਹਾਨ ਰੇਡਰ ਪਾਉਣ ਜਾ ਰਿਹਾ ਇੱਥੇ ਚੁਣ ਕਹਿੰਦੇ ਸੋਨੀਆਂ ਦਾ ਕਹਿੰਦੇ ਪੱਗਾਂ ਦੇ ਭਾਰ ਕਬੱਡੀ ਖੇਡਦਾ ਮੇਰਾ ਵੀਰ ਕਹਿੰਦੇ ਕਬੱਡੀ ਖੇਡਦਾ ਤੇ ਦੁਨੀਆਂ ਦੇ ਮਹਾਨ ਦਰਸ਼ਕ ਮਾਣ ਕਰਦੇ ਜੋਨੀ ਜੋਨੀ ਕਬੱਡੀ ਪਾਉਂਦਾ ਖੇਡ ਦੇ ਮੈਦਾਨ ਦੇ ਵਿੱਚ ਉਧਰ ਲਵਲੀ ਤਿਆਰ ਹੈ ਮੌਸਮ ਬਾਲਾ ਦੇ ਵਿਕਾਸ ਗੁਜ਼ਰ ਨੇ 2 ਨੰਬਰ ਤੋਂ ਟਰਾਈ ਕੀਤੀ ਹੈ ਪਰ ਜੋਨੀ ਪੱਤਰ ਜੀ ਨਹੀਂ ਮੰਨਦੇ ਤੇ ਨੰਬਰ ਜੋਨੀ ਦਾ ਨੰਬਰ ਈਸਟ ਬੁਲਜ ਪਲੱਸ ਸਾਊਥ ਹਾਲ ਦੀ ਟੀਮ ਵਾਸਤੇ ਜੁੜਦਾ ਹੋਇਆ ਜੇ 100 ਜੱਫਾ ਲਾਏ ਬਾਂਕੇ ਸੰਧੂ ਵੱਲੋਂ 50 ਪਾਉਣਾ ਮੇਰੇ 50 ਦਾ ਰੋਡ ਜੇ 5 ਜੱਫਾ ਲਾਉਣਾ ਜਫਾ ਲੱਗੇ ਕੇ ਐਸ ਕੰਗ ਲੰਬੜਵਾਰ ਤੇ ਪ੍ਰਤਾਪ ਵੱਲੋਂ ਹੋਰੇ ਪਾਸੇ ਹੋਣੀ ਜਲਾਲਪੁਰੀਆ ਇਹ ਹੈ ਜਲਾਲਪੁਰੀਆ ਪਰ ਦੂਸਰੇ ਪਾਸੇ ਰਾਜੂ ਵੀ ਘੱਟ ਨੀ ਮੇਰੇ ਵੀਰੋ ਰਾਜੂ ਚੜ੍ਹਦੀ ਹੋਈ ਪ੍ਰੇਸ ਦੀ ਕਬੱਡੀ ਦਾ ਮਹਾਨ ਡਿਰੈਕਟਰ ਬਣ ਗਿਆ ਰਾਜੂ ਭੱਡੀ ਵਾਲਾ ਕੁਲਵੰਤ ਚੱਠਾ ਜੀ ਮਾਣ ਕਰਦੇ ਰਾਜੂ ਦਾ ਧੰਨਵਾਦ ਹੈ ਅਗਲੀ ਕਬੱਡੀ ਤੇ ਗੱਲ ਬਰੀਕੀ ਵੱਲੋਂ ਪਾਲੇ ਬਰੀਕੀ ਵੱਲੋਂ 20 ਪਾਉਂਡ ਪਾਲੇ ਜਲਾਲਪੁਰੇ ਨੂੰ ਤੇ 20 ਪਾਉਂਡ ਗਗਨ ਨੂੰ 20 ਪਾਉਂਡ ਪਾਲੇ ਜਲਾਲਪੁਰੇ ਨੂੰ 20 ਪਾਉਂਡ ਗਗਨ ਨੂੰ ਇੱਕ ਮਿੰਟ ਇੰਦਰ ਜੀ 10 ਪਾਉਂਡ ਰਾਜੂ ਨੂੰ ਇੰਦਰ ਜੀ ਢਿੱਲੋਂ ਵੱਲੋਂ ਆਹ ਫੜੀ 20 ਪਾਉਂਡ ਪਾਲੇ ਦੇ ਤੇ 20 ਪਾਉਂਡ ਇੱਧਰ ਗਗਨ ਦੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਤੇ ਇੱਧਰ ਕਬੱਡੀ ਚੈਸਟ ਦੀ ਕਬੱਡੀ ਹਾਫ ਟਾਈਮ ਜਿਹੜਾ ਹੋ ਗਿਆ ਜਿਹਨੇ ਪਾਲਾ ਜੱਫੇ ਦੇ ਪਾਲਿਆ ਗੱਲ ਸੁਣਨੇ ਵਾਲੀ ਸ਼ੇਰਾ 500 ਪਾਉਂਡ ਮਹਿਮਰ ਸਿੰਘ ਦੀ ਜਾਤ ਵਿੱਚ ਰਾਜਾ ਕਹਿ ਉਹਨਾਂ ਦਿੱਤੇ ਜਾਣੇ ਆ ਜਿਹਨੇ ਪਾਲਾ ਜੱਫੇ ਲਾਊ 500 ਪਾਉਂਡ ਦਾ ਜੱਫਾ ਹੋ ਗਿਆ ਇੱਕ ਜੱਫਾ ਕੰਗ ਪਰਿਵਾਰ ਵੱਲੋਂ ਜਲਾਲਪੁਰੀ ਪਾਲੇ ਦਾ ਮੇਰੇ ਵੀਰੇ 500 ਪਾਉਂਡ ਦਾ ਹੋਵੇਗਾ ਇਹ ਗੱਲਾਂ ਵੱਡੀਆਂ ਕੀਤੀਆਂ ਰਾਜੇ ਕੰਗ ਨੇ ਜਲਾਲਪੁਰ ਦੇ ਪਾਲੇ ਦਾ ਸਾਢੇ 18 ਪੁਆਇੰਟ ਈਸਟ ਬੁਲੀ ਤੇ ਸਾਊਥ ਹਾਲ ਦੇ 9 ਪੁਆਇੰਟ ਸਲੋਅ ਤੇ ਜਿਹੜੀ ਹੰਸ ਟੀਮ ਹੈ 9 ਪੁਆਇੰਟ ਇੱਧਰ ਜਵੇਲ ਵੀ ਮੇਰਾ ਵੀਰ ਗੁੱਸਾ ਹੋਇਆ ਕਹਿੰਦਾ ਮੈਂ ਵੀ ਪਾਕਿਸਤਾਨ ਤੋਂ ਚੈਸਟੀ ਨੂੰ ਮੰਗਾਇਆ ਜਾਂ ਜਿਵੇਂ ਹੋਏ ਮੰਗਾਇਆ ਧੰਨਵਾਦ ਤੇਰਾ ਮੇਰੇ ਵੀਰ ਦਾ ਧੰਨਵਾਦ ਆ ਲਓ ਜੀ ਬਹੁਤ ਵਧੀਆ ਮੈਚ ਖੇਡੇ ਜਾ ਰਿਹਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕੇਵਲ ਪੁਲਸੀਆਂ ਵੀ ਮੈਦਾਨ ਵਿੱਚ ਪਹੁੰਚ ਗਿਆ ਮੇਰੇ ਵੀਰੋ ਕਬੱਡੀ ਦਾ ਫਾਈਨਲ ਮੈਚ ਹੈ ਦੋਨਾਂ ਟੀਮਾਂ ਦੇ ਵਿਚਕਾਰ ਐਡਾ ਵੱਡਾ ਮੈਚ ਖੇਡੇ ਜਾ ਰਿਹਾ ਹੈ ਸਿਰੋ ਆ ਮੂਲ ਸਪਰੇ ਸਾਡੇ ਸਰਪੰਚ ਬਿਲਡਰ ਜੀ ਬਾਹਰ ਗੇਟ ਤੋਂ ਉਹ ਵੀ ਵੱਡਾ ਮਾਨ ਸਨਮਾਨ ਭੇਜਦੇ ਨੇ ਧੰਨਵਾਦ ਹੈ ਸਰਪੰਚ ਬਿਲਡਰ ਜੀ ਬਿਲਡਰ ਸਾਹਿਬ ਬਾਹਰ ਗੇਟ ਵਾਲੇ ਸ਼ੁਰੂ ਹੋਣ ਲੱਗਾ ਮਿੱਠਾ ਇੱਕ ਮਿੰਟ ਪਾਲਿਆ 540 ਪਾਉਂਡ ਦਾ ਜੱਫਾ ਤੇਰਾ ਖਿਆਲ ਰੱਖੀ 540 ਪਾਉਂਡ ਦਾ ਜੱਫਾ $1000 ਤੋਂ ਉੱਤੇ ਬਾਣਾ ਜੇ ਅਮਰੀਕਨ ਮਿਲੀ ਜਾਣੇ ਦਾ 570 ਪਾਉਂਡ ਦਾ ਪਾਲੇ ਜਲਾਲਪੁਰੀ ਜੱਟ ਦਾ ਜੱਫਾ 570 ਪਾਉਂਡ ਦਾ ਜੱਫਾ ਹੋ ਗਿਆ ਇਹ ਪਾਲਾ ਜੱਫਾ ਲਓ 570 ਪਾਉਂਡ ਦਾ ਜੱਫਾ ਜੀ 10 ਸੌ ਬਹਿ ਗਿਆ 2 ਬਾਰਾ 600 ਦਾ ਜੱਫਾ ਕਰ ਦਿੰਦੇ ਆ 600 ਪਾਉਂਡ ਦਾ ਜੱਫਾ ਪਾਲੇ ਜਲਾਲਪੁਰੀ ਦਾ ਜੱਫਾ ਜਲਾਲਪੁਰ ਦੇ ਪਾਲੇ ਦਾ 600 ਪਾਉਂਡ ਦਾ ਹੋ ਗਿਆ ਮੇਰੇ ਵੀਰੋ 620 ਪਾਉਂਡ ਦਾ ਜੱਫਾ 620 ਪਾਉਂਡ ਦਾ ਜੱਫਾ 20 ਪਾਉਂਡ ਸਰਪੰਚ ਵੱਲੋਂ
660 ਪਾਉਂਡ ਹੋ ਗਿਆ, ਨੋਟ ਕਰ ਲਿਓ। 20 ਪਾਉਂਡ ਪ੍ਰਤਾਪ ਵੱਲੋਂ 680 ਹੋ ਗਏ, ਕੰਗ ਵੱਲੋਂ 20 ਪਾਉਂਡ, ਪ੍ਰਸ਼ਾਸਨ ਬਾਲ ਵੱਲੋਂ ਕਵਿਤ ਕੰਮੇ ਵੱਲੋਂ ਬੈਠਾ ਰਾਜਵੀਰ ਮਾਲਕ ਦਾ ਸੁਰਿੰਦਰ ਮਾਲਕ 50 ਪਾਉਂਡ ਹੋਰ ਪੈ ਗਿਆ, 690 ਪਾਉਂਡ ਦਾ ਪਾਲਿਆ 700 ਹੋ ਗਿਆ, 750 ਪਾਉਂਡ ਦਾ ਹੋ ਗਿਆ, 750 ਪਾਉਂਡ, 750 ਪਾਉਂਡ ਆ ਗਿਆ। ਜੇ ਚੋਹਾਂ ਚ ਕੋਈ ਵੀ ਜਾਫਾ ਲਓ ਰਾਜਵੀਰ ਮਾਲਕ ਤੇ ਇੱਧਰ ਸੁਰਿੰਦਰ ਮਾਲਕ ਵੱਲੋਂ 40 ਪਾਉਂਡ ਜੱਫੇ ਨੂੰ ਦਿੱਤੇ ਜਾਣੇ, ਕੋਈ ਵੀ ਜਾਫੀ ਜਾਫਾ ਲਓ ਪਹਿਲੇ ਦੇ ਪੈਸੇ। ਇਹ ਜੇ ਲਹਿੰਦਰ ਸਿੰਘ ਦੀ ਕੰਗ ਦੇ ਜਾਤ ਦੇ ਵਿੱਚ ਰਾਜੇ ਨੇ 500 ਪਾਉਂਡ 600 ਹੋ ਗਿਆ ਤੇ ਗੱਲ ਮਿੱਠਾ ਮਨਜੋਰ ਦੀ ਕਰੀ ਗੱਲ ਮਨਜੋਰ ਮੇਕਾ ਮੈਰੀ ਪ੍ਰੀਆ ਵੱਲੋਂ ਮਾਨ ਸਨਮਾਨ ਪਹੁੰਚੇ ਨੇ। ਆਓ ਅਗਲੀ ਜਿਹੜੀ ਗੱਲ ਮੈਂ ਤੇ ਉੱਪਰ ਸੋਚ ਕੇ ਸੀ ਕਰਾਂਗੇ। ਦੇਖੋ ਕੌਣ ਭਾਜੀ ਭਾਜੀ, ਇੱਕ ਮਿੰਟ ਭਾਜੀ, ਇੱਕ ਮਿੰਟ ਇਹ ਬਾਂਕੇ ਵੱਲੋਂ 50 ਪਾਉਂਡ ਚਿਹਰੇ ਤੇ ਮੇਰੇ ਕੋਲ ਬੈਠੇ ਆ, 50 ਪਾਉਂਡ ਸੋਹ ਨੂੰ ਬਾਂਕੇ ਵੱਲੋਂ, 50 ਪ੍ਰਤਾਪ ਵੱਲੋਂ, 50 ਪਾਉਂਡ ਚਿਸਕਾਨ ਵੱਲੋਂ, 50 ਨੋਟ ਵਰਸਦੇ ਨੋਟ ਚੱਲ ਰਹੇ। ਉਧਰ ਪ੍ਰਕਾਰ ਸੋਖਾ ਕਰੀ ਗੱਲ ਕਰਨ ਦੀ ਉਹ ਦੇਖੋ ਨਹੀਂ ਸਾਧੇ ਨੇ ਆਹਨੇ ਵਾਲਾ ਖੜੇ ਵਾਲਾ ਪਰ ਗਗਨ ਭੱਜਿਆ ਵਾਲਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਜਲਾਲ ਕੁੜੀਆਂ ਹੁਣ ਪਤਾ ਲੱਗਣਾ ਸਾਨਾ ਵਰਗੇ ਰੇਡੇ ਆ ਰਾਜੂ ਮਨਜੋਤ ਚੈਸਟੀ ਅਖਬਾਰ ਦੇ ਵਿੱਚ ਵੀ ਪੰਜਾਬ ਟਾਈਮ ਦੇ ਵਿੱਚ ਇੰਟਰਨੈਟ ਤੇ ਗੱਲਾਂ ਹੋਣੀਆਂ, ਮਨ ਜਿਤ ਬੁੱਧ ਵੀ ਕਲਾ ਵਾਲੇ ਵੀ ਕਰਨੀਆਂ ਤੇ ਉੱਧਰ ਦੇਸ਼ ਪ੍ਰਦੇਸ਼ ਦੇ ਵਿੱਚ ਵੀ ਗੱਲਾਂ ਹੋਣੀਆਂ ਤੇ ਗੱਲਾਂ ਇੱਧਰ ਖਾਲਸਾ ਟੀਵੀ ਕੇ ਟੀਵੀ ਦੇ ਵੀ ਮਿੱਤਰਾਂ ਸਾਰਾ ਹਫ਼ਤਾ ਚੱਲਿਆ ਕਰ ਰਿਹਾ ਤੇ ਕਬੱਡੀ ਚੈਸਟੀ ਦੀ ਤੇ ਪਾਲਿਆ ਮਿੱਤਰਾਂ ਪੈਸੇ ਜਮ੍ਹਾਂ ਹੋ ਗਏ ਆ 500 ਕੋਲ ਲੈ ਬਸ ਕੰਗ ਦੀ ਜਾਲ ਵਿੱਚ ਜੇ ਅੱਜ ਪਾਲਾ ਜੱਫਾ ਲਾਉ ਉੱਧਰ ਜੇ ਕੋਈ ਵੀ ਜਾਫੀ ਜੱਫਾ ਲਾਉਂਦਾ ਸੁਰਿੰਦਰ ਮਾਲਕ ਰਾਜਵੀਰ ਮਾਲਕ ਵੱਲੋਂ 40 ਪਾਉਂਡ ਜਿਹੜਾ ਵੀ ਜਾਫੀ ਜੱਫਾ ਲਾਊਗਾ ਅੱਜ ਸਿਰਾ ਹੋਇਆ ਪਿਆ ਦੁਨੀਆਂ ਦਾ ਸਟਾਰ ਖੇਡਦੇ ਆ ਛੋਟਾ ਦੁਨੀਆਂ ਦੇ ਸਟਾਰ ਖੇਡਦੇ ਆ ਇਹਦੇ 50 ਪਾਉਂਡ ਜੱਫੇ ਦੇ ਲੱਗੇ ਆ ਤੇ ਵੇਖਦੇ ਆ ਇਹਦੇ ਕਲਵੰਤ ਚਿੱਟਾ ਤੇ ਇੰਦਰਜੀਤ ਵੱਲੋਂ ਇੱਧਰ ਗੋਲ ਦੀ ਸੰਧੂ ਹੱਲਾ ਸ਼ੇਰੀ ਦਿੰਦਾ ਤੇ ਵੇਖਦੇ ਆ ਇੱਧਰ ਪਈਆ ਕਬੱਡੀ ਸਾਹਮਣੇ ਇਹ ਆ ਨੌਜਵਾਨ ਵੇਖਦੇ ਆ ਜੋਨੀ ਜੂਐਸ ਦੇ ਵਾਲੇ ਦੀ ਪਈਆ ਕਬੱਡੀ ਤੇ ਕਬੱਡੀ ਕਬੱਡੀ ਕਰਦਾ ਚਾਰੇ ਚਾਸ਼ੀਆਂ ਦੇ ਕੋਲ ਪਹੁੰਚ ਗਿਆ ਵੇਖਦੇ ਆ ਇਹਨੂੰ ਟੱਚ ਕਰਦਾ ਕਦੇ ਸੱਜੇ ਤੇ ਨਹੀਂ ਵੇਖਦਾ ਕਦੇ ਖੱਬੇ ਤੇ ਨਹੀਂ ਵੇਖਦਾ ਤੇ ਇੱਧਰ ਜਿਹੜਾ ਵੀ ਹੱਸਰੋ ਸਲੋਹਾ ਜੱਫ ਲੱਗਦਾ ਸੁੱਖੇ ਵੱਲੋਂ 10 ਸੁੱਖੇ ਲੱਗ ਗਿਆ ਜੱਫਾ ਲੱਗ ਗਿਆ ਮੂਲੇਵਾਲ ਖੜੇ ਵਾਲੇ ਦਾ ਬਿਲਕੁਲ ਜੱਫਾ ਲੱਗ ਗਿਆ ਮੂਲੇਵਾਲ ਖੜੇ ਵਾਲੇ ਦਾ ਚਾਰਵੇ ਮਨਜੋਸ਼ਿਆ ਬਾਕਬੱਡੀ ਛੇੜਾ ਸੁਰਿੰਦਰ ਮਾਨਕ ਵੱਲੋਂ ਰਾਜਵੀਰ ਮਾਨਕ ਵੱਲੋਂ 40 ਪਾਉਂਡ ਜਿਹੜਾ ਵੀ ਜਾਫੀ ਜੱਫਾ ਲਓ ਉੱਧਰ ਲਹਿੰਦਰ ਸਿੰਘ ਜੀ ਸਵਰਗ ਪਾਸੇ ਲਹਿੰਦਰ ਸਿੰਘ ਜੀ ਕੰਗ ਦੀ ਜਾਤ ਦੇ ਵਿੱਚ ਰਾਜੇ ਕੰਗ ਵੱਲੋਂ 500 ਪਾਉਂਡ 500 ਪਾਉਂਡ ਤੇਰੀ ਓਏ ਮੈਂਬਰ ਸਿੰਘ ਕੰਗ ਦੀ ਜਾਤ ਸਨੇ ਹੁੰਦਾ ਮੇਰੇ ਕੋਲ 20 ਪਾਉਂਡ 20 ਪਾਉਂਡ ਮੇਰੇ ਕੋਲ ਪਾਲਿਆ ਤੇਰੇ ਕੋਲ ਨਹੀਂ ਹੈ ਵੀ
ਬਹੁਤ ਹੀ ਵਧੀਆ ਪੁਆਇੰਟ ਸਵਾਲੇ ਦਾ ਫੈਸਲਾ ਧਾਵੀ ਦੇ ਹੱਕ ਦੇ ਵਿੱਚ ਚੱਲ ਰਾਜੂ ਪਾ ਦੇ ਗੱਡੀ ਸ਼ਿਰਾ ਮਹਾਨ ਪ੍ਰਮੋਟਰ ਗੋਪਾ ਵੈਂਸ ਵੀ ਭਾਜੀ ਦੇਖਦੇ ਆ ਨਿਊਜ਼ੀਲੈਂਡ ਤੋਂ ਵੈਲਕਮ ਭਾਜੀ ਦੇਖੋ ਇੰਗਲੈਂਡ ਦੀ ਕਬੱਡੀ ਕਿੰਨਾ ਭੇਟਾਂ ਵਾਲਾ ਚਾਲੀ ਚੰਨਾ ਖੇਡਾਂ ਦੇ ਵਿੱਚ ਜਾ ਵਸਿਆ ਰਾਜੂ ਭੜੀ ਵਾਲਾ ਉਧਰ ਚੰਨਾ ਗੱਜ ਚੋਰੀ ਛਾਤੀ ਰਾਜੂ ਚੜ੍ਹਦੀ ਉਮਰ ਸਿੰਘ ਸਰਦਾਰ ਉਧਰ ਭਜਾ ਖੀ ਭਜੀ ਖੀਰਾ ਵਾਲੇ ਵੱਲੋਂ ਪਾਲੇ ਨੇ 10 ਪੌਂਡ ਅਲੇ ਹਾਲੇ ਬਾਈ ਉਧਰ ਜਵੇਰ ਆਸਟਰ ਵੱਲੋਂ 20 ਪੌਂਡ ਪਾਲੇ 20 ਪੌਂਡ ਜਿਹੜਾ ਵੀ ਜਾਫੀ ਜੱਥਾ ਲਾਊਗਾ ਸਲੋ ਦਾ ਇਧਰ ਨਾਲ ਸਾਹਮਣੇ ਕਲਵੰਤ ਚੱਠਾ ਤੇ ਢਿੱਲੋਂ ਵੱਲੋਂ 50 ਪੌਂਡ ਇਧਰ ਗੁਲਾਲ ਕਨੌਰ ਦੀ ਪਈ ਆ ਕਬੱਡੀ ਉਧਰ ਸ਼ੀਰਾ ਸੰਮੀ ਪਰ ਵਾਲਾ ਵੇਖਦਾ ਤੇ ਮੁਕਾਬਲਾ ਪੂਰਾ ਫਸਿਆ ਪਿਆ ਵੇਖਦੇ ਆ ਗੱਲ ਕਿੱਥੇ ਨੂੰ ਜਾਂਦੀ ਆ ਕੋਟੀ ਕੋਟੀ ਕਰਦਾ ਚਾਰ ਜਾਫੀਆਂ ਦੇ ਕੋਲ ਪਹੁੰਚ ਗਿਆ ਆ ਵੇਖ ਲਓ ਭੱਜਾ ਆਉਂਦਾ ਗੁਲਾਲ ਕਨੌਰ ਇੱਕ ਅੰਕ ਦਾ ਵਾਧਾ ਸ਼ਾਮਾ ਸੰਘ ਉਧਰ ਸ਼ਨੀ ਵੱਲੋਂ ਜਿਹੜਾ ਵੀ ਜਾਫੀ ਜੱਫਾ ਲਾਓ ਪਾਲਾ ਜਲਾਲਪੁਰੀਆ ਜੱਫਾ ਬੁਲਾਵੇ ਤਾਂ 20 ਪੁਆਇੰਟ ਸਾਰੇ ਮੇਰੇ ਵੀਰਾਂ ਵੱਲੋਂ ਉੱਧਰ ਪ੍ਰਤਾਪ ਹੋਣੀ ਸਾਰੇ ਬੈਠੇ ਆ ਤੇ ਕਬੱਡੀ ਚੈਸਟ ਦੀ ਪੈਣ ਲੱਗੀ ਆ ਚੈਸਟ ਦੀ ਕਬੱਡੀ ਪੈਣ ਲੱਗੀ ਆ ਉਧਰ ਕੰਮਾ ਔਜਲਾ ਹੱਲਾ ਸ਼ਰੀਰ ਦਾ ਬੁਲਟ ਸਾਡੇ ਸੁਸ਼ੀਲ ਸਾਹਿਬ ਪਹੁੰਚੇ ਆ ਚੱਲ ਬਈ ਪਾ ਕਬੱਡੀ ਇੱਧਰ ਚੈਸਟੀ ਵੀ ਪੈ ਗਈ ਕਬੱਡੀ ਪਿੰਡਿਆ ਉਧਰ ਰਾਜੇ ਕੰਗ ਵੱਲੋਂ 500 ਪੌਂਡ ਜੱਫੇ ਦਾ ਲੱਗਿਆ ਸਰਦਾਰ ਲਹਿਮਾ ਸਿੰਘ ਜੀ ਸਦਾ ਖਾਸੀ ਦੇਖੋ ਪਾਲਾ ਲਾਉਣਾ ਕਿ ਨਹੀਂ ਆਉਣਾ ਟਰਾਈ ਕੀਤੀ ਸੀ ਕੋਸ਼ਿਸ਼ ਪਰ ਪੁਆਇੰਟ ਜਿਹੜਾ ਜਿਹੜੀ ਸਫਲਤਾ ਆਇਆ ਸੋਖਿਆ ਉਹ ਚੈਸਟ ਦੇ ਇੱਥੇ ਆਈ ਆ ਪੁਆਇੰਟ ਜਿਹੜਾ ਚੈਸਟ ਦੇ ਹੱਕ ਦੇ ਵਿੱਚ ਗਿਆ ਬਹੁਤ ਹੀ ਵਧੀਆ ਪੁਆਇੰਟ ਚੈਸਟ ਦੇ ਹੱਕ ਦੇ ਵਿੱਚ ਕਬੱਡੀ ਸਨੋ ਜਵਾਨੀ ਆ ਵੇਖਦੇ ਯੂਐਸਏ ਵਾਲਾ ਜੋਨੀ ਕਬੱਡੀ 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 ਕਰਦਾ ਤੇ ਵੇਖਦੇ ਕੌਣ ਇਸ ਨੂੰ ਟੱਚ ਕਰਦਾ ਬਹੁਤ ਹੀ ਵਧੀਆ ਭੱਜਿਆ ਜਾਂਦਾ ਰੋਜ਼ਨ ਆਹ ਵੇਖ ਲਓ ਜੋਨੀ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਸੁਰਿੰਦਰ ਮਾਨਕ ਦੇ ਕੋਲ ਜਾ ਪਹੁੰਚਿਆ ਰਾਜੂ ਪਾ ਛੇੜਾ ਕਬੱਡੀ ਰਾਜੂ ਕੋਟਲਾ ਭਣੀ ਮਾਲਵੇ ਦੀ ਧਰਤੀ ਪੱਲ ਪੋਲੇ ਪੋਲੇ ਪੱਪ ਧਰਦਾ ਜਾਂਦਾ ਤੇ ਉਧਰ ਸਰਦਾਰ ਲਹਿਮਰ ਸਿੰਘ ਜੀ ਸਵਰਗ ਵਾਸੀ ਲਹਿਮਰ ਸਿੰਘ ਜੀ ਕੰਗ ਵੱਲੋਂ ਉਹਨਾਂ ਦੇ ਪਚੰਗੀ ਰਾਜੇ ਵੱਲੋਂ 500 ਪੌਂਡ ਜੱਫੇ ਦਾ ਲਾ ਜੇ ਆਪਣੇ ਬਾਪੂ ਦੀ ਜਾਨ ਵਿੱਚ ਤੇ ਜੇ ਕੋਈ ਵੀ ਜਾਫੀ ਜੱਫਾ ਪਾਦਾ ਲਾਓ ਇੱਧਰ ਗੋਤੋ ਰੜਕੀ ਪਰ ਰਾਜੂ ਕਹਿੰਦਾ ਮਿੱਤਰਾ ਇਹ ਸਫਲਤਾ ਰਾਜੂ ਦੇ ਹਿੱਸੇ ਆਈ ਆ ਸਿੰਘ ਸਰਦਾਰ ਦੀ ਪੂਰੀ ਚੜ੍ਹਾਈ ਆ ਰਾਜੂ ਦੀ ਇਸ ਵੇਲੇ ਦੁਨੀਆਂ ਦੇ ਵਿੱਚ ਐਨ ਫਿੱਟੂ ਵਾਂਗੂ ਧੁਰੋ ਐ ਥਾਪੀਆਂ ਮਾਰਦਾ ਹੋਇਆ ਥਾਪੀਆਂ ਮਾਰਦਾ ਜਾਂਦਾ ਰਾਜੂ ਕੋਟਲੇ ਪਰਿਵਾਰ ਦੇ ਗਗਨ ਦੀ ਚੱਕਰ ਨਹੀਂ ਗੋਪੇ ਭਾਜੀ 70-80 ਪੌਂਡ ਜੱਫੇ ਦੇ ਲੱਗੇ ਆ 50 ਪੌਂਡ ਕਲਵੰਤ ਚੱਠਾ ਤੇ ਸਾਹਮਣੇ 20 ਪੌਂਡ ਜਾਵੇ ਵੱਲੋਂ 10 ਪੌਂਡ ਸੋਟੇ ਮੇਰੇ ਵੀਰ ਵੱਲੋਂ ਵੇਖਦੇ ਕੌਣ ਇਸ ਨੌਜਵਾਨ ਨੂੰ ਡੱਕਦਾ ਕਬੱਡੀ 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 ਕਰਦਾ ਆਹ ਵੇਖ ਲਓ ਕਦੇ ਸੱਜੇ ਕੰਨੀ ਵੇਖਦਾ ਕਦੇ ਖੱਬੇ ਕੰਨੀ ਆਹ ਵੇਖ ਲਓ ਦੋਨੋਂ ਸਿੰਘ ਸੁਣਾ ਲਿਆ ਦੋਨਾਂ ਵਿੱਚ ਤਜਰਬਾ ਬਣਾਇਆ ਦੋਨਾਂ ਵਿੱਚ ਜਾਨ ਬਣੀ ਆ ਆਹ ਵੇਖ ਲਓ ਭੱਜਿਆ ਜਾਂਦਾ ਗਗਨ ਜੋਗੇਵਾਲ ਵਾਲਾ ਇੱਕ ਅੰਕ ਦਾ ਵਾਧਾ ਕਰ ਰਿਹਾ ਆਪਣੀ ਟੀਮ ਦੇ ਲਈ ਚੱਲ ਗਏ ਚਸ਼ਤੀ ਪਾ ਗੱਲੂਆ ਕਬੱਡੀ ਦੌੜਿਆਂ ਤੇ ਸ਼ੇਰ ਖਣਵਾਈ ਫਿਰਦੇ ਜਿੱਤਣਾ ਏ ਛਾਪਾ ਲਗਾਈ ਫਿਰਦੇ ਕੋਈ ਕਿਸੇ ਤੋਂ ਘੱਟ ਨਹੀਂ ਸਭ ਦਾ ਇੱਕੋ ਇੱਕ ਨਿਸ਼ਾਨਾ ਕੱਪ ਜਿੱਤਣੇ ਸੌਖੇ ਨਹੀਂ ਤਕੜਾ ਹੋ ਕੇ ਫਿਰ ਜਵਾਨਾ ਆਹ ਵੇਖ ਲਓ ਚਸ਼ਤੀ ਦੀ ਪਈ ਆ ਕਬੱਡੀ ਆਹ ਵੇਖ ਲਓ ਪਾਲਾ ਤੇ ਸੋਹਣ ਰੜਕੀ ਵਾਲਾ ਵੇਖਦੇ ਆ ਗੋਗੋ ਰੜਕੀ ਵਾਲਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਸੋ ਹਾਸਲ ਦੀ ਟੀਮ ਦੇ ਲਈ ਗੋਲ ਦੀ ਸੱਤੂ ਪ੍ਰਧਾਨ ਦੀ ਟੀਮ ਦੇ ਲਈ ਅੰਕ ਜੋੜਦਾ ਹੋਇਆ ਇਹ ਨੌਜਵਾਨ ਚੱਲ ਬਈ ਪਾ ਇੱਧਰ ਗੁਲਾਲ ਕਨੌਰ ਪਿੰਡਿਆ ਕੌਣ ਲੱਗਾ ਕਬੱਡੀ ਗੁਲਾਲ ਕਨੌਰ ਦੀ ਪਈ ਆ ਕਬੱਡੀ ਸਾਹਮਣੇ ਵੇਖਦੇ ਆ ਆਹ ਵੇਖਦੇ ਆ ਇਸ ਨੌਜਵਾਨ ਨੂੰ ਕੌਣ ਡੱਕਦਾ ਆ ਮੇਲਾ ਪੂਰਾ ਭਰਿਆ ਪਿਆ ਆ ਤੇ ਵੇਖਦੇ ਆ ਕੌਣ ਡੱਕਦਾ ਇਸ ਨੌਜਵਾਨ ਨੂੰ ਉਹਦੇ ਰਾਜਵੀਰ ਮਾਨਿਕ
ਤੇ ਦੇਖਦੇ ਆ ਸਾਹਮਣੇ ਆ ਗੱਲ ਟੱਕਰ ਕਿੱਧਰ ਹੋ ਗਈ ਆ ਮੋਸਲ ਵਾਲੇ ਦੇ ਨਾਲ ਹੋਇਆ ਪਿਆ ਮੁਕਾਬਲਾ ਤੇ ਪੁਆਇੰਟ ਗੁਰਲਾਲ ਘਨੌਰ ਦੇ ਤੇ ਪਿੰਦਰ ਫਿਰੋਜ਼ਪੁਰੀਆ ਸਾਰੇ ਮੇਰੇ ਵੀਰ ਚੈਸਟੀ ਨਹੀਂ ਰੁਕਿਆ ਜੀ ਬੜਾ ਵਧੀਆ ਨਹੀਂ ਇੱਕ ਮੇਰੇ ਗੋਗੋ ਨੇ ਲਾਇਆ ਜੀ ਆਪਾਂ ਚਲੋ ਗੁਰਵੀਰ ਸਿੰਘ ਆਪਾਂ ਸ਼ੋਰ ਨਹੀਂ ਬੜਾ ਤਗੜਾ ਪਾਇਆ ਵਰਲਡ ਕੱਪ ਦੇ ਵਿੱਚ ਗੁਰਵੀਰ ਦਾ ਮੰਡੀਆਂ ਵਾਲੇ ਦੀ ਕਬੱਡੀ ਪੈਣ ਲੱਗੀ ਆ ਮਾਲਵੇ ਦੀ ਧਰਤੀ ਮੰਡੀਆਂ ਪਿੰਡ ਸਾਰੇ ਪਰਿਵਾਰ ਦੇ ਵਿੱਚ ਕਬੱਡੀ ਕਹਿੰਦੇ ਬਲੱਡ ਚ ਰਚੀ ਆ ਤੇ ਗੁਰਮੀਤ ਮੰਡੀਆਂ ਵਾਲੇ ਵੀ ਕਬੱਡੀ ਕਬੱਡੀ ਪੈ ਗਈ ਆ ਮੁੜੇ ਚਾਰੇ ਜਾਫੀ ਪੂਰੀ ਤਿਆਰੀ ਦੇ ਵਿੱਚ ਹੁਣ ਇੱਕ ਪਾਸੇ ਪਾਲਾ ਜਲਾਲਪੁਰੀਆ ਪਾਲੇ ਦੇ ਨਾਲ ਮੁਕਾਬਲਾ ਗੁਰਮੀਤ ਮੰਡੀਆਂ ਵਾਲਾ ਇਹਦੇ ਪਾਲਾ ਵੇਖਦਾ ਵੀ ਕਿੱਥੇ ਕਨਾਕਾ ਲਵਾਂ ਕਿੱਥੇ ਕ ਪੇਪਰ ਚੈੱਕ ਕਰਾਂ ਪਰ ਆਹ ਲਾ ਗਿਆ ਪਾਲਾ ਇੱਕ ਹੋਰ ਲਾ ਗਿਆ 500 ਇੱਕ ਹੋਰ ਰਹਿ ਗਿਆ ਹਜ਼ਾਰ ਪਾਉਂਡ ਹੋ ਗਿਆ ਕਬੱਡੀ ਕਲੱਬ ਦੇ ਪ੍ਰਧਾਨ ਪੰਮੀ ਨੇ ਦਾਵਾ ਤੇ ਕੰਮਾਂ ਅਗਲਾ ਸਾਰੇ ਮੇਰੇ ਵੀਰ ਤੇ ਪੂਰਾ ਜ਼ੋਰ ਲੱਗਾ ਪਿਆ 50 ਪਾਉਂਡ ਡੇਰਾ ਨੇ 70-80 ਪਾਉਂਡ ਜੱਫੇ ਦੇ ਲੱਗੇ ਆ ਹਾਂ ਹੁਣ ਵੀਰੇ ਪਾਲੇ ਨੇ ਲਾਇਆ ਸੀ ਪਹਿਲਾ ਜੱਫਾ ਲਾਇਆ ਪਹਿਲਾ ਚਾਰੇ ਜਾਫੀ ਬਿਲਕੁਲ ਪੂਰੀ ਤਿਆਰੀ ਜਵੇਦ 30 ਪਾਉਂਡ 90 ਪਾਉਂਡ ਹੋ ਗਏ ਜੱਫੇ ਦੇ 50 ਪਾਉਂਡ ਕਲਵੰਤ ਚੱਠਾ ਤੇ ਢਿੱਲੋਂ ਮਰਦੇ ਵੱਲੋਂ ਤੇ ਵੇਖਦੇ ਆ ਤੇ ਸੋਕੇ ਵੱਲੋਂ ਤੇ ਆਹ ਵੇਖਦੇ ਸਾਹਮਣੇ ਹੋਇਆ ਪਿਆ ਮੁਕਾਬਲਾ ਆਹ ਵੇਖਣਾ ਸਵਾਲਾਂ ਕਹਿੰਦਾ ਇੱਕੋ ਦੇ ਗਬਰੂ ਆ ਇੱਕੋ ਦੇ ਜਾ ਰਿਹਾ ਪਰ ਪੁਆਇੰਟ ਧਾਵੀ ਦੇ ਹੱਥ ਦੇ ਵਿੱਚ ਆ ਵੇਖਦੇ ਥਾਪੀਆਂ ਇਹ ਆ ਕੋਟਲੇ ਭਰੀ ਵਾਲਾ ਗਬਰੂ ਬਾਪੂ ਨੇ ਫੁੱਟਬਾਲ ਬੜਾ ਤਕੜਾ ਖੇਡਿਆ ਤੇ ਇੱਧਰ ਰਾਜੂ ਕਬੱਡੀ ਦੇ ਵਿੱਚ ਪੂਰਾ ਟੌਰ ਤੇ ਇੰਡੀਆ ਦਾ ਵੀਰੇ ਬਣ ਜਾਂਦਾ 90,000 ਜਲਾਲਪੁਰੀਆ ਹੁਣ ਵੀ ਅੱਜ ਖੁੱਲ ਗਿਆ ਏ ਮਾਂ ਦੇ ਗੱਫੇ ਲਾਇਆ ਇੱਧਰ ਪਾਲਾ ਜਲਾਲਪੁਰੀਆ ਹੁਣ 500 ਪਾਉਂਡ ਦਾ ਸਵਾਲ ਆ 500 ਪਾਉਂਡ ਉੱਧਰ ਰਾਜੂ ਕਹਿੰਦਾ ਮਿੱਤਰ ਹੁਣ ਕਹਿੰਦਾ ਕਿੱਥੇ ਨੂੰ ਜਾਣਾ ਪਰ ਰਾਜੂ ਕਹਿੰਦਾ ਰਾਜੂ ਨੇ ਸਿਰੇ ਦੀਆਂ ਕਬੱਡੀਆਂ ਪਾਈਆਂ ਦੱਸੇ ਦੀ ਛੱਡ ਜਾਂਦੀ ਆ ਚੰਨੇ ਭੇਟਾਂ ਨੇ ਲਾਇਆ ਪਹਿਲਾਂ ਜਫਾ ਸਿੰਘ ਚੱਲ ਵੇ ਗਗਨ ਪਾ ਗਬਰੂਆ ਕੌਡੀ 80 ਪਾਉਣ ਦਾ ਜੱਫਾ ਲਗਾਇਆ ਤੇ ਉੱਧਰ ਕਲਵੰਤ ਜੱਫਾ ਤੇ ਨਾਲ ਵੇਖਦੇ ਆ ਸਾਹਮਣੇ ਤੇ ਉੱਧਰ ਜਵੇਦ ਅਖਤਰ ਵੱਲੋਂ 30 ਪਾਉਣ ਤੇ ਉੱਧਰ ਸੋਕੇ ਵੱਲੋਂ 10 ਪਾਉਣ ਤੇ 80 ਪਾਉਣ ਦਾ ਜੱਫਾ ਉੱਧਰ ਭੱਜੀ ਖੀਰਾ ਵਾਲੀ ਵੇਖਦਾ ਆ ਮੈਂ ਆਹ ਦੇਖ ਲਓ ਗਬਰੂ ਨਹੀਂ ਰਿਸਾ ਦੇਣੀਆਂ ਭਿੰਦੇ ਨੇ ਕੀਤਾ ਸੀ ਮੁਕਾਬਲਾ ਪਰ ਪੁਆਇੰਟ ਗਗਨ ਜੋਗੇ ਵਾਲੇ ਦੇ ਹੱਕ ਵਿੱਚ ਇੱਕ ਅੰਕ ਦਾ ਹੋਰ ਵਾਧਾ ਚਲੋ ਚੈਸਟੀ ਪਾਉਂਡ ਵਾਲੀ ਫੇਰਾ ਉੱਧਰ ਪਾਲਾ ਵੀ ਵੇਖਦਾ ਭਾਈ 500 ਪਾਉਂਡ ਨੂੰ ਹੱਥ ਪਾਉਣਾ ਰਾਜਵੀਰ ਮਾਲਕ ਸੁਰਿੰਦਰ ਮਾਲਕ 20 ਪਾਉਂਡ ਜਿਹੜਾ ਵੀ ਜਾਫੀ ਜੱਫਾ ਤੇ ਉੱਧਰ ਕੰਗ ਪਰਿਵਾਰ ਵੱਲੋਂ ਸਰਦਾਰ ਸਵਾਰੀ ਵਾਸੀ ਲਹਿਮਰ ਸਿੰਘ ਜੀ ਕੰਗ ਦੇ ਸਾਰੇ ਪਰਿਵਾਰ ਵੱਲੋਂ ਰਾਜੇ ਕੰਗ ਨੇ 500 ਲਾਤਾ ਜੱਫੇ ਦਾ ਪਾਲੇ ਦਾ ਪੂਰਾ ਐਸ਼ ਗਿਆ ਇੱਥੇ ਸੋਹਣ ਰੋੜਕੀ ਵਾਲਾ ਪਰ ਪੁਆਇੰਟ ਚੈਸਟੀ ਦੇ ਹੱਕ ਦੇ ਵਿੱਚ ਫੈਸਲਾ ਪੂਰਾ ਚੈਸਟ ਦੇ ਹੱਕ ਦੇ ਵਿੱਚ ਗਿਆ ਬਹੁਤ ਵਧੀਆ ਲਿੰਦਰ ਸਿੰਘ ਜੀ ਕੰਗ ਦੀ ਜਾ ਦੇ ਵਿੱਚ 500 ਪਾਉਂਡ ਰਾਜੇ ਕੰਗ ਵੱਲੋਂ ਜੱਫੇ ਤੇ ਬਹੁਤ ਬਹੁਤ ਧੰਨਵਾਦ ਚੱਲ ਬਈ ਗਗਨ ਜੋਗੇਵਾਲ ਵਾਲਾ ਨੌਜਵਾਨ ਤੇ ਉੱਧਰ ਵੇਖਦੇ ਆ ਬਿੰਦਰ ਫਿਰੋਜ਼ਪੁਰੀਆ ਵੀ ਵੇਖਦਾ ਤੇ ਪਈ ਹੈ ਨੌਜਵਾਨ ਦੀ ਕਬੱਡੀ ਵੇਖਦੇ ਆ ਬਹੁਤ ਹੀ ਸੋਹਣਾ ਨੌਜਵਾਨ ਚੁੱਕਿਆ ਆ ਤੇ ਉਹ ਵੇਖਦੇ ਆ ਗੱਲ ਵਿਕਾਸ ਦੇ ਨਾਲ ਹੋਈ ਸੀ ਪਰ ਪੁਆਇੰਟ ਕਾਮਨ ਪੁਆਇੰਟ ਸਵਾਲੇ ਦਾ ਫੈਸਲਾ ਕਾਮਨ ਪੁਆਇੰਟ ਸਵਾਲੇ ਦਾ ਫੈਸਲਾ ਪੂਰਾ ਮੈਚ ਪਿੰਡਿਆ ਫਸਿਆ ਪਿਆ ਇੱਧਰ ਐਨ ਪੂਰੀ ਗੱਜ ਚੋਰੀ ਛਾਤੀ ਆ ਤੇ ਪੂਰਾ ਪਤਾ ਲੱਗਦਾ ਮਿਹਨਤਾਂ ਕੀਤੀਆਂ ਦਾ ਕਬੱਡੀ ਚੈਸਟੀ ਦੀ ਪੈ ਗਈ ਆ ਉੱਧਰ ਪ੍ਰਤਾਪ ਵੱਲੋਂ ਤੇ ਜਸਕਾਲ ਵੱਲੋਂ ਜੇ ਸੋਹਣ ਜਫਾ ਲਾਉਂਦਾ ਤਾਂ ਮਿੱਤਰੋ 50 ਪਾਉਂਡ ਦਿੱਤੇ ਜਾਣੇ ਆ ਸੁਰਿੰਦਰ ਮਾਨਕ ਤੇ ਜੋਧਵੀ ਮਾਨਕ ਵੱਲੋਂ ਜੇ ਕੋਈ ਵੀ ਜਾਫੀ ਜਫਾ ਲਾਉਂਦਾ ਤੇ 20 ਪਾਉਂਡ ਜਫੇ ਦੇ ਦਿੱਤੇ ਜਾਣੇ ਆ ਪਾਲਾ ਜਲਾਲਪੁਰੀਆ ਜੇ ਬਹੁਤ ਹੀ ਧੱਕੜ ਜਿਹੜਾ ਪੁਆਇੰਟ ਲੱਗ ਗਿਆ ਚਸ਼ਤੀ ਉਹ ਵੇਖ ਲਓ ਉੱਧਰ ਅਮਨ ਇੱਕ ਜਫਾ ਆਇਆ ਪਹਿਲਾ ਹੀ ਜਫਾ ਸੀ ਤੇ ਗੋਲਡੀ ਸੰਧੂ ਤੇ ਵੇਖਦੇ ਹੱਲਾ ਸ਼ੇਰੀ ਦੇ ਬੈਚ ਪੂਰਾ ਫਸਿਆ ਪਿਆ ਆ ਚੱਲ ਰਿਹਾ ਇੱਧਰ ਜੋਨੀ ਜੂਐਸ ਵਾਲੇ ਨੇ ਪਈ ਆ ਕਬੱਡੀ ਵੇਖਦੇ ਆ ਇਹ ਜਿੰਨੇ ਮਾਂ ਕਬੂਤਰਾਂ ਦੇ ਲੋਕੀ ਤਲੀਆਂ ਦੇ ਚੋਰ ਚੁਰਾਉਂਦੇ ਨੇ ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ ਫਿਰ ਤਾਲੀਆਂ ਮਾਰ ਅੜਾਉਂਦੇ ਨੇ ਆਹ ਵੇਖਦੇ ਆ ਗੱਲ ਨਹੀਂ ਵੀਰੇ ਸੁੱਖਾ ਨਹੀਂ ਹੈਗਾ ਸੁੱਖਾ ਗਿਆ ਯੂਰਪ ਨੂੰ ਨਹੀਂ ਰਿਸਾ ਦੇਣੀਆਂ ਆਹ ਦੇਖ ਲਓ ਭੱਜਿਆ ਜਾਂਦਾ ਜੋਨੀ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਲਓ ਜੀ ਮੈਚ ਖਤਮ ਮੈਚ ਮੇਰਾ ਤਾਲੀਆਂ ਮਾਰ ਕੇ ਦੋਨੋਂ ਟੀਮਾਂ ਦੇ ਨਾਲ ਥੈਂਕ ਯੂ ਵੀਰਾ ਅੱਜ ਪਤਾ ਲੱਗਾ ਬਈ ਕਬੱਡੀ ਸਿਰੇ ਦੀ ਹੋਈ ਆ ਬੜੇ ਤਕੜੇ ਮੁਕਾਬਲੇ ਪੰਜਾਬੀ ਨੇ ਦੱਸ ਰਹੇ ਆ ਜਿਹੜਾ ਅੱਜ ਜਿੱਤ ਹੋਈ ਆ ਸਾਊਥ ਆ ਤੇ ਈਸਟ ਹੋਲੀ ਦੀ ਕਬੱਡੀ ਦੀ ਜਿੱਤ ਹੋਈ ਆ ਪੁਆਇੰਟ ਸੋ ਗਿਆ ਪੁਆਇੰਟ
ਪੈਂਟ ਸੁਣ ਲਓ ਜੀ ਲੱਕੀ ਕੂਨਰ ਕਲੋਜ਼ ਵਾਈਟ ਦੇ ਫੈਨ ਦੇ ਲੈ ਸੋਹਣ ਰੋਟੀ ਵਾਲਾ ਅੱਜ ਚੁੱਲ੍ਹੇ ਦੇ ਦਿਆ ਸੋਹਣ ਰੋਟੀ ਵਾਲੇ ਨੂੰ ਈਰਤ ਬੋਲੀ ਦੇ ਵਿੱਚ ਮੈਚ ਦੀ ਸਮਾਪਤੀ ਹੋ ਰਹੀ ਹੈ ਪਿਛਲੀ ਵਾਰੀ ਵੀ ਬਰਮੀ ਕੰਮ ਦੇ ਵਿੱਚ ਜਦੋਂ ਮੈਚ ਹੋਈ ਸੀ ਤੇ ਸਲੋ ਦਾ ਤੇ ਇਹਨਾਂ ਦਾ ਈਰਤ ਬੋਲੀ ਟਾਈਮ ਮੈਚ ਹੋ ਗਿਆ ਸੀ ਪਰ ਮੇਰਾ ਚਾਰਜਰ ਵੀ ਆ ਸਕਾਈ 858 ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਵਕਤ ਅਸੀਂ ਈਸਟ ਵਿਲੇਜ ਤੋਂ ਤੁਹਾਨੂੰ ਅਪਡੇਟ ਸਾਰੀ ਦੇ ਰਹੇ ਹਾਂ ਕਬੱਡੀ ਦਾ ਮੈਚ ਅੱਜ ਇੱਥੇ ਹੋਇਆ ਦਰਸ਼ਕਾਂ ਦਾ ਪੂਰਾ ਇਕੱਠ ਸੀ ਭਰਿਆ ਹੋਇਆ ਪੂਰਾ ਸਟੇਡੀਅਮ ਸੀ ਅਤੇ